Audio Jungle. ਤੁਸੀਂ ਦੇਖ ਰਹੇ ਹੋ ਚੈਨਲ ਵਹਿੰਦੇ ਦਰਿਆ ਅਤੇ ਮੈਂ ਚੀਫ ਐਡੀਟਰ ਗੁਰਪ੍ਰੀਤ ਸਿੰਘ ਚੌਹਾਨ ਅੱਜ ਤੁਹਾਡੇ ਨਾਲ ਬੀਤ ਚੁੱਕੀਆਂ ਚੋਣਾਂ ਸੰਬੰਧੀ ਕੁਝ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਇਆ ਹਾਂ। ਕਰਦੇ ਹਾਂ ਆਪਾਂ ਇਸ 'ਤੇ ਵਿਚਾਰ ਚਰਚਾ। ਚੋਣਾਂ ਦੀ ਭੱਜ ਦੌੜ ਤੋਂ ਅਤੇ ਰਾਮ ਰੌਲੇ ਤੋਂ ਬਾਅਦ ਕੱਲ੍ਹ ਦਾ ਸ਼ਾਂਤ ਮਾਹੌਲ ਹੈ। ਇੰਝ ਜਾਪਦਾ ਜਿਵੇਂ ਲੋਕ ਥਕੇਵਾਂ 'ਤੇ ਕੇਵਾਂ ਲਾ ਰਹੇ ਹੋਣ। ਚੋਣਾਂ ਲੜਨ ਵਾਲੇ ਅਤੇ ਲੜਾਉਣ ਵਾਲੇ ਲੀਡਰ ਵੀ ਕੁਝ ਦਿਨ ਪਰਿਵਾਰਾਂ 'ਚ ਬੈਠ ਕੇ ਥਕੇਵਾਂ ਲਾਉਣਗੇ ਅਤੇ 10 ਮਾਰਚ ਤੱਕ ਗਿਣਤੀਆਂ ਮਿੰਟੀਆਂ 'ਚ ਲੰਘਾਉਣਗੇ। 10 ਮਾਰਚ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ 'ਚ ਹੈ। ਉਦੋਂ ਤੱਕ ਸਾਰੇ ਹੀ ਜਿੱਤ ਹਾਰ ਦੀਆਂ ਗਿਣਤੀਆਂ ਮਿੰਟੀਆਂ 'ਚ ਗੁਆਚੇ ਰਹਿਣਗੇ। ਭਾਵੇਂ ਵਿਦਿਆਰਥੀ ਨੂੰ ਪੇਪਰ ਦੇਣ ਤੋਂ ਬਾਅਦ ਇਹ ਪਤਾ ਹੁੰਦਾ ਹੈ ਕਿ ਉਸਦੇ ਕਿੰਨੇ ਕੁ ਨੰਬਰ ਆਉਣਗੇ, ਪਰ ਫਿਰ ਵੀ ਉਸਦੀ ਆਖਰੀ ਟੇਕ ਨਤੀਜੇ ਤੱਕ ਹੁੰਦੀ ਹੈ। ਇਸ ਵਾਰ ਦੀਆਂ ਇਹ ਵਿਧਾਨ ਸਭਾ ਚੋਣਾਂ ਆਮ ਨਾਲੋਂ ਜਿਹੜਾ ਕੁਝ ਵੱਖਰੀਆਂ ਲੱਗ ਰਹੀਆਂ ਸਨ, ਕਿਉਂਕਿ ਲੋਕਾਂ ਵੱਲੋਂ ਬਦਲਾਅ ਦੀਆਂ ਆਵਾਜ਼ਾਂ ਪਹਿਲਾਂ ਤੋਂ ਹੀ ਆਉਂਦੀਆਂ ਸ਼ੁਰੂ ਹੋ ਗਈਆਂ ਸਨ। ਪਹਿਲੀਆਂ ਚੋਣਾਂ ਵਿੱਚ ਲੋਕ ਲੀਡਰਾਂ ਦੇ ਭਾਸ਼ਣ ਚੁੱਪ ਕਰਕੇ ਸੁਣਦੇ ਰਹਿੰਦੇ ਸਨ, ਪਰ ਇਸ ਵਾਰ ਲੀਡਰਾਂ ਨੂੰ ਭਾਸ਼ਣ ਕਰਨ ਦੀ ਬਜਾਏ ਵਧੇਰੇ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਹੁਤੇ ਥਾਈਂ ਲੀਡਰਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਇਸ ਵਾਰ ਲੋਕਾਂ ਨੇ ਰਾਜਨੀਤਿਕ ਪਾਰਟੀਆਂ ਦੇ ਵਿਕਾਸ ਦੀ ਕਾਵਾਂ ਰੌਲੀ ਨੂੰ ਕੋਈ ਤਰਜੀਹ ਨਹੀਂ ਦਿੱਤੀ ਅਤੇ ਨਾ ਹੀ ਮੁਫਤਖੋਰੀ ਵਿੱਚ ਦੇਣ ਵਾਲੀਆਂ ਸਹੂਲਤਾਂ ਦੇ ਲਾਰਿਆਂ 'ਤੇ ਡੁੱਲੇ, ਪਰ ਆਪਸ ਵਿੱਚ ਜਿੱਦ ਕੇ ਇਹਨਾਂ ਲਾਰਿਆਂ ਦੀ ਬੋਲੀ ਲੀਡਰ ਲਾਉਂਦੇ ਰਹੇ, ਕਿਉਂਕਿ ਇਸ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਤੀਸਰਾ ਨਾਰਾ ਹੈ ਵੀ ਨਹੀਂ ਸੀ। ਪਰ ਲੋਕਾਂ ਨੇ ਇਹਨਾਂ ਲਾਰਿਆਂ ਵੱਲ ਕੰਨ ਨਾ ਕਰਦਿਆਂ ਚੰਗੀਆਂ ਸਿਹਤ ਸਹੂਲਤਾਂ, ਚੰਗੀ ਵਿੱਦਿਆ, ਸਭ ਦੇ ਰੁਜ਼ਗਾਰ, ਨਸ਼ਾਬੰਦੀ, ਬੱਚਿਆਂ ਦੇ ਵਿਦੇਸ਼ ਜਾਣ ਦੇ ਕਾਰਨ ਵਰਗੀਆਂ ਮੰਗਾਂ ਲੀਡਰਾਂ ਦੇ ਅੱਗੇ ਰੱਖੀਆਂ ਅਤੇ ਪਿਛਲੇ ਲਾਰਿਆਂ ਦਾ ਹਿਸਾਬ ਲੀਡਰਾਂ ਤੋਂ ਮੰਗਿਆ। ਜਨਰਲ ਵਰਗ ਦਾ ਚਕਾਰ ਤਾਂ ਪੱਕੇ ਤੌਰ 'ਤੇ ਹੀ ਵਧੇਰੇ ਬਦਲਾਅ ਦੀ ਗੱਲ ਕਰਦਾ ਸੁਣਿਆ ਗਿਆ, ਪਰ ਗਰੀਬ ਲੋਕ ਜੋ ਅਜੇ ਬਹੁਤੇ ਇਸ ਪੱਖੋਂ ਚੇਤਨ ਨਹੀਂ ਹੋਏ, ਉਹਨਾਂ ਵਿੱਚੋਂ ਵੀ ਅਕਸਰ ਲੋਕ ਬਦਲਾਅ ਦੀ ਸੋਚ ਰੱਖਦੇ ਸੁਣੇ ਗਏ, ਪਰ ਆਖਰ 'ਤੇ ਆ ਕੇ ਪੈਸੇ ਦੇ ਲਾਲਚ ਨੇ ਬਹੁਤਿਆਂ ਨੂੰ ਇਸ ਸੋਚ ਤੋਂ ਥੜਕਾ ਵੀ ਦਿੱਤਾ, ਜਿਸ ਦਾ ਫਾਇਦਾ ਪੰਜਾਬ ਦੀਆਂ ਅਮੀਰ ਪਾਰਟੀਆਂ ਨੇ ਉਠਾਇਆ ਵੀ। ਅਜੇ ਕਾਫੀ ਦਿਨ ਨਤੀਜੇ ਵਿੱਚ ਬਾਕੀ ਹਨ, ਤਦ ਤੱਕ ਲਈ ਕੌਣ ਜਿੱਤੂ ਕੌਣ ਹਾਰੂ ਦੀ ਚੁਣ ਚਰਚਾ ਲੋਕਾਂ ਵਿੱਚ ਚੱਲਦੀ ਰਹੇਗੀ ਅਤੇ ਸਮਰਥਕਾਂ ਵਿੱਚ ਆਪੋ ਆਪਣੀਆਂ ਪਾਰਟੀਆਂ ਦੀ ਅਤੇ ਉਮੀਦਵਾਰਾਂ ਦੀ ਜਿੱਤ ਦੀਆਂ ਸ਼ਰਤਾਂ ਲੱਗਣ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ। ਦੋਸਤੋ, ਤੁਸੀਂ ਮੇਰੇ ਪੇਸ਼ ਕੀਤੇ ਇਹਨਾਂ ਵਿਚਾਰਾਂ ਨਾਲ ਕਿੰਨੇ ਕੁ ਸਹਿਮਤ ਹੋ, ਕਿਉਂਕਿ ਮੈਂ ਆਪਣੀ ਬੁੱਧੀ ਅਨੁਸਾਰ ਜਿਹੜੀ ਇਹ ਗੱਲ ਕਹੀ ਆ ਉਸ ਸੰਬੰਧੀ ਤੁਸੀਂ ਆਪਣੇ ਕਮੈਂਟ ਦੇਣੇ ਨੇ। ਕਮੈਂਟ ਸਭਿਕ ਭਾਸ਼ਾ ਵਿੱਚ ਹੋਣ, ਕਿਉਂਕਿ ਹਰ ਬੰਦੇ ਨੂੰ ਆਪੋ ਆਪਣੀ ਪਾਰਟੀ ਪਿਆਰੀ ਹੈ ਅਤੇ ਉਹਦਾ ਪੱਖ ਉਹਦੇ ਮਨ ਵਿੱਚ ਹੁੰਦਾ ਹੈ। ਕਿਸੇ ਨੂੰ ਜੇ ਇਹ ਜਿਹੜੀ ਵਿਚਾਰ ਚਰਚਾ ਗਲਤ ਲੱਗੇ ਤਾਂ ਉਹ ਉਸਦਾ ਸਹੀ ਢੰਗ ਨਾਲ ਜਿਹੜਾ ਜਵਾਬ ਦੇਵੇ, ਨਾ ਕਿ ਅਸਭਿਕ ਭਾਸ਼ਾ ਵਿੱਚ। ਮਿਹਰਬਾਨੀ।